ਪਰ ਉਹ ਪੰਜਾਬ ਟੀਵੀ ਤੇ ਆਪਾਂ ਪਹਿਲੀ ਦੱਸ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ ਤੈ ਤੇ ਹਾਈ ਕਮਾਂਡ ਨੇ ਉਸ ਤੇ ਮੋਹਰ ਵੀ ਲਗਾ ਦਿੱਤੀ ਐ ਪਰ ਹੁਣ ਅੱਗੇ ਹਾਈ ਕਮਾਂਡ ਕੀ ਕਰੇਗੀ ਹੁਣ ਅਗਲਾ ਪਲਾਨ ਕੀ ਅਗਲੇ ਪਲਾਨ ਦੇ ਅੰਦਰ ਖਾਸ ਤੌਰ ਦੇ ਉੱਤੇ ਹਰੀਸ਼ ਰਾਵਤ ਸਿੱਧੂ ਨੂੰ ਵਾਰ-ਵਾਰ ਕਹਿ ਰਹੇ ਨੇ ਕਿ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਇਹ ਸਭ ਤੋਂ ਵੱਡਾ ਸਵਾਲ ਆ ਕੀ ਕੈਪਟਨ ਤੇ ਸਿੱਧੂ ਮਿਲ ਕੇ ਚੱਲ ਸਕਦੇ ਨੇ ਕੈਪਟਨ ਦੇ ਜਿਹੜੇ ਫੈਨ ਪੇਜ ਨੇ ਉਹਨਾਂ ਦੇ ਵੀਡੀਓ ਦੇਖੋ ਉਹਨਾਂ ਫੈਨ ਪੇਜਾਂ ਤੋਂ ਲਗਾਤਾਰ ਇਹ ਪੁੱਛਿਆ ਜਾ ਰਿਹਾ ਕਿ ਸਿੱਧੂ ਨੂੰ ਕਿਸ ਬਨਾ ਦੇ ਉੱਤੇ ਤੁਸੀਂ ਪ੍ਰਧਾਨ ਬਣਾਇਆਗਾ ਫਿਰ ਤਾਂ ਗਾਂਧੀ ਪਰਿਵਾਰ ਨੂੰ ਵੀ ਸਾਈਡ ਲਾਈਨ ਕਰਕੇ ਕਿਸੇ ਨੂੰ ਹੋਰ ਪ੍ਰਧਾਨ ਬਣਾਉਣਾ ਬਣਾਉਣਾ ਚਾਹੀਦਾ ਇੱਥੋਂ ਤੱਕ ਕਿਹਾ ਜਾ ਰਿਹਾ ਜਿਹੜਾ ਉਹਨਾਂ ਦੇ ਫੈਨ ਪੇਜ ਨੇ ਕਈ ਐਮਐਲਏ ਨੂੰ ਇਹ ਵੀ ਲੱਗਦਾ ਕਿ ਜੇ ਅਸੀਂ ਨਾ ਮਿਲੇ ਕਿਤੇ ਸਾਡੇ ਹਲਕੇ ਚ ਕੋਈ ਹੋਰ ਸਿੱਧੂ ਨੂੰ ਨਾ ਮਿਲਿਆ ਆਵੇ ਕਿਤੇ 2022 ਦੀ ਸਾਡੀ ਟਿਕਟ ਨਾ ਕੱਟੀ ਜਾਵੇ ਜ਼ਗਪਾਲ ਸਿੰਘ ਖਹਿਰਾ ਕੈਪਟਨ ਦੇ ਪੱਖ ਚ ਭੁਗਤੇ ਅੱਜ ਵੀ ਉਹਨਾਂ ਨੇ ਸਲਾਹ ਦਿੱਤੀ ਕਿ ਸਿੱਧੂ ਮਤ ਪੇਦ ਪੁਲਾ ਕੇ ਕੈਪਟਨ ਨਾਲ ਚੱਲਣ ਅੱਜ ਉਹਨਾਂ ਨੇ ਇਹ ਕਿਹਾ ਕੱਲ ਉਹਨਾਂ ਨੇ ਕੁਝ ਹੋਰ ਕਿਹਾ ਸੀਗਾ ਸੁਖਵਿੰਦਰ ਸਰਕਾਰੀਆ ਦੇਖ ਲਓ ਉਤਰਪਤ ਬਾਜਵਾ ਦੇਖ ਲਓ ਬੜੀਆ ਕਲੀਅਰ ਗੱਲਾਂ ਕਹਿ ਗਏ ਇੱਥੋਂ ਤੱਕ ਕੈਪਟਨ ਨੂੰ ਮੀਟਿੰਗ 'ਚ ਕਹਿ ਕੇ ਆਏ ਨੇ ਕਿ ਕੈਪਟਨ ਸਾਹਿਬ ਸਿੱਧੂ ਨੂੰ ਪ੍ਰਧਾਨ ਤੁਸੀਂ ਬਣਾਇਆ ਜੇ ਤੁਸੀਂ ਮਸਲੇ ਹੱਲ ਕਰ ਦਿੰਦੇ ਜੇ ਤੁਸੀਂ ਮੁੱਦੇ ਹੱਲ ਕਰ ਦਿੰਦੇ ਤਾਂ ਸਿੱਧੂ ਕੋਲੇ ਇਸ਼ੂ ਨਾ ਹੁੰਦੇ ਇਸ਼ੂ ਨਾ ਹੁੰਦੇ ਤਾਂ ਸਿੱਧੂ ਪ੍ਰਧਾਨ ਨਾ ਬਣਦੇ ਪ੍ਰਧਾਨਤਾ ਬਣ ਗਈ ਹੁਣ ਚੁਣੌਤੀਆਂ ਕਿਹੜੀਆਂ-ਕਿਹੜੀਆਂ ਆਉਣਗੀਆਂ ਉਹਨਾਂ ਨੂੰ ਦੇਖੋ ਮੇਰਾ ਇਹ ਮੰਨਣਾ ਕਿ ਸਿੱਧੂ ਦੇ ਸਿਰ ਕੰਡਿਆਂ ਦਾ ਤਾਜ ਆ ਪੰਜਾਬ ਦੀ ਸਿਆਸਤ ਨੂੰ ਸ਼ੇਰ ਦੀ ਸਵਾਰੀ ਕਿਹਾ ਜਾਂਦਾ ਹੈ ਕਿਉਂਕਿ ਬੜੀ ਹੀ ਡਾਇਨਾਮਿਕਸ ਹੈ ਇੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਨੇ ਕਾਂਗਰਸ 'ਚ ਰਸਮ ਹੁੰਦੀ ਹੈ ਪ੍ਰਧਾਨਗੀ ਦੀ ਹਾਲਾਂਕਿ ਉਹਦੇ 'ਚ ਪ੍ਰਧਾਨ ਇੱਕ ਪ੍ਰਧਾਨ ਹੁੰਦਾ ਉਹਦੋਂ ਜਿਹੜਾ ਜਾ ਰਿਹਾ ਹੁੰਦਾ ਦੂਜਾ ਪ੍ਰਧਾਨ ਵੀ ਹੁੰਦਾ ਜਾਖੜ ਤਾਂ ਹੋਣਗੇ ਜਾਖੜ ਤਾਂ ਉਹਨਾਂ ਦੇ ਨਾਲ ਨੇ ਪਰ ਕੀ ਕੈਪਟਨ ਅਮਰਿੰਦਰ ਸਿੰਘ ਉਸ ਫੰਕਸ਼ਨ 'ਚ ਹੋਣਗੇ ਸੀਐਮ ਨੂੰ ਤੇ ਵੀਟੋ ਕੀਤਾ ਗਿਆ ਇੱਕ ਤਰ੍ਹਾਂ ਕਹਿੰਦੇ ਆ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਕੱਲ ਨਹੀਂ ਹੋਣਾ ਸੀ ਇਸ ਕਰਕੇ ਹੋਇਆ ਕਿਉਂਕਿ ਕੈਪਟਨ ਧੜਾ ਐਮਐਲਏਜ਼ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਇਸ ਮੀਟਿੰਗ 'ਚ ਨਾ ਜਾਓ ਜਿਹੜੀ ਸਿੱਧੂ ਦੇ ਪੱਖ 'ਚ ਜਾਖੜ ਨੇ ਬੁਲਾਈ ਹੈਗੀ ਚੰਨੀ ਨੇ ਕਿਹਾ 2017 'ਚ ਕੈਪਟਨ ਦੀ ਨੇਰੀ ਸੀ 2022 'ਚ ਸਿੱਧੂ ਦੀ ਨੇਰੀ ਚੱਲੇਗੀ ਪ੍ਰਧਾਨਗੀ ਡਿਸਾਈਡ ਹੋਇਆ ਬਹੁਤ ਸਾਰਾ ਕੁਝ ਕਾਂਗਰਸ ਕਹਿੰਦੇ ਆ ਹੋਰ ਵੀ ਹੋਣਾ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੇ ਕੈਪਟਨ ਖੇਡਣਗੇ ਕਿਹੜਾ ਨਵਾਂ ਦਾ ਹਾਈ ਕਮਾਂਡ ਕੀ ਬਣਾਏਗੀ ਅਗਲੀ ਰਣਨੀਤੀ ਕਾਂਗਰਸ ਦੀ ਹੀ ਰਾਜਨੀਤੀ ਨੂੰ ਪੋਲਿਟੀਕਲੀ ਡੀਕੋਡ ਕਰਦੇ ਆ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਤੇ ਗੱਲਬਾਤ ਕਰਦੇ ਆ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ ਤਾਂ ਯਾਦਵਿੰਦਰ ਜੀ ਪ੍ਰੋ ਪੰਜਾਬ ਟੀਵੀ ਤੇ ਆਪਾਂ ਪਹਿਲੀ ਦੱਸ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ ਤੈ ਤੇ ਹਾਈ ਕਮਾਂਡ ਨੇ ਉਸ ਤੇ ਮੋਹਰ ਵੀ ਲਗਾ ਦਿੱਤੀ ਐ ਪਰ ਹੁਣ ਅੱਗੇ ਹਾਈ ਕਮਾਂਡ ਕੀ ਕਰੇਗੀ ਦੇਖੋ ਰਾਜਨੀਤੀ ਡੀਕੋਡ ਚ ਹੀ ਆਪਾਂ ਡੀਕੋਡ ਕਰਦੇ ਆ ਇਹ ਦੱਸਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਰਹੇ ਨੇ ਔਰ ਸਾਡੇ ਸੋਰਸ ਬਿਲਕੁਲ ਪੁਖਤਾ ਸੀ ਔਰ ਕਿਉਂਕਿ ਅਸੀਂ ਲਗਾਤਾਰ ਇਥੇ ਨਹੀਂ ਦਿੱਲੀ ਵੀ ਗੱਲ ਕਰ ਰਹੀ ਸੀ ਤਾਂ ਪੁਖਤਾ ਸੋਰਸਾਂ ਦੀ ਖਬਰ ਤੇ ਮੋਹਰ ਲੱਗੀ ਹੈਗੀ ਦੂਜੀ ਗੱਲ ਇਹ ਕਿ ਹੁਣ ਅਗਲਾ ਪਲਾਨ ਕੀ ਅਗਲੇ ਪਲਾਨ ਦੇ ਅੰਦਰ ਖਾਸ ਤੌਰ ਦੇ ਉੱਤੇ ਹਰੀ ਸ਼ਰਾਵਤ ਸਿੱਧੂ ਨੂੰ ਵਾਰ-ਵਾਰ ਕਹਿ ਰਹੇ ਨੇ ਕਿ ਸਿੱਧੂ ਕੈਪਟਨ ਵਰਿੰਦਰ ਸਿੰਘ ਨੂੰ ਮਿਲਣਾ ਇਥੋਂ ਤੱਕ ਵੀ ਹੈ ਕਿ ਸਿੱਧੂ ਟਵੀਟ ਹੀ ਕਰ ਦੇਣ ਪਰ ਸਿੱਧੂ ਟਵੀਟ ਕਰਨ ਨੂੰ ਵੀ ਨਹੀਂ ਮੰਨ ਰਹੇ ਆ ਸਾਡੇ ਸੋਰਸੇ ਦੱਸ ਰਹੇ ਆ ਸਿੱਧੂ ਨੂੰ ਇਹ ਲੱਗਦਾ ਹੋਏਗਾ ਕਿ ਅਗਰ ਮੈਂ ਟਵੀਟ ਕਰਾਂਗਾ ਤਾਂ ਜਿਹੜੇ ਪਿਛਲੇ ਟਵੀਟ ਕੀਤੇ ਨੇ ਕੈਪਟਨ ਮਰਿੰਦਰ ਸਿੰਘ ਦੇ ਖਿਲਾਫ ਇਹਨੇ ਉਹਨਾਂ ਦਾ ਕੀ ਬਣੇਗਾ ਮੇਰੀ ਕ੍ਰੈਡੀਬਿਲਟੀ ਦਾਤੇ ਲੱਗ ਜਾਏਗੀ ਸਿੱਧੂ ਨੂੰ ਲੱਗਦਾ ਮੇਰੀ ਬੜੀ ਪਾਕਵਰ ਸਿਚੁਏਸ਼ਨ ਹੋਏਗੀ ਪਰ ਹਾਈ ਕਮਾਂਡ ਨੂੰ ਇਹ ਲੱਗਦਾ ਜਾਂ ਕਿ ਇਹ ਖਾਸ ਤੌਰ ਤੇ ਹਰੀ ਸ਼ਰਾਵਤ ਨੂੰ ਕਿ ਕਦੇ ਨਾ ਕਦੇ ਤਾਂ ਰਸਮੀ ਤੌਰ ਦੇ ਉੱਤੇ ਕੈਪਟਨ ਤੇ ਸਿੱਧੂ ਨੂੰ ਇਕੱਠੇ ਬੈਠਣਾ ਪਏਗਾ ਜੇ ਕਾਂਗਰਸ ਨੇ ਅੱਗੇ ਚੱਲਣਾ ਪ੍ਰਧਾਨ ਤੇ ਮੁੱਖ ਮੰਤਰੀ ਇਹ ਤਾਂ ਹੈ ਨਹੀਂ ਕਿ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਹੁਣ ਮੁੱਖ ਮੰਤਰੀ ਦੀ ਲੋਚਨਾ ਕਰਨਗੇ ਐਵੇਂ ਤਾਂ ਹੋਣਾ ਨਹੀਂਗਾ ਕਿ ਕਾਂਗਰਸ ਦੇ ਸਟੇਜਾਂ ਤੋਂ ਮੁੱਖ ਮੰਤਰੀ ਦੇ ਖਿਲਾਫ ਬੋਲਣਗੇ ਤਾਂ ਇਸ ਕਰਕੇ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕੈਪਟਨ ਤੇ ਸਿੱਧੂ ਮਿਲ ਕੇ ਚੱਲ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ ਸਿਚੁਏਸ਼ਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੀਨੀਅਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਵੀ ਨਹੀਂ ਕੀਤਾ ਕੈਪਟਨ ਨੂੰ ਇਹ ਲੱਗਦਾ ਕਿ ਮੇਰੀ ਅਣਦੇਖੀ ਹੋਈ ਹੈ ਮੇਰੀ ਗੱਲ ਨਹੀਂ ਮੰਨੀ ਗਈ ਤੇ ਦੂਜੀ ਗੱਲ ਇਹ ਹੈ ਕਿ ਹਾਈ ਕਮਾਂਡ ਇਹ ਜ਼ਰੂਰ ਚਾਹੇਗੀ ਕਿ ਲੈਵਲ ਤੇ ਕਿ ਕੈਪਟਨ ਤੇ ਸਿੱਧੂ ਇਕੱਠੇ ਚੱਲਣ ਇਹ ਸਭ ਤੋਂ ਵੱਡਾ ਚੈਲੰਜ ਕਹਿਣਾ ਹੋਵੇ ਇਸ ਟਾਈਮ ਕਾਂਗਰਸ ਦੇ ਲਈ ਸਭ ਤੋਂ ਵੱਡਾ ਚੈਲੰਜ ਹੀ ਇਹ ਆ ਔਰ ਜੇ ਕੋਈ ਅੱਗੇ ਹੋਰ ਸਟੈਪ ਲੈ ਲੈਂਦੀ ਹੈ ਹਾਈ ਕਮਾਂਡ ਕੱਲ ਨੂੰ ਤਾਂ ਖਿਲਾਾਰੇ ਹੋਰ ਜ਼ਿਆਦਾ ਵੰਨਣਗੇ ਖਿਲਾਾਰੇ ਪਹਿਲਾਂ ਹੀ ਪਏ ਹੋਏ ਨੇ ਤਾਂ ਇਸ ਕਰਕੇ ਹਾਈ ਕਮਾਂਡ ਇਹ ਜ਼ੋਰ ਲਾ ਰਹੀ ਹੈ ਕਿ ਸਿੱਧੂ ਤੇ ਕੈਪਟਨ ਸੇਮ ਪੇਜ ਦੇ ਉੱਤੇ ਆ ਜਾਣ ਯਾਨੀ ਸਿੱਧੂ ਤੇ ਕੈਪਟਨ ਘਟੋ-ਘਟ ਦਿਲ ਤਾਂ ਹੁਣ ਨਹੀਂ ਮਿਲਣਗੇ ਮੈਂ ਅਕਸਰ ਕਹਿਣਾ ਹੁੰਨਾ ਕਿ ਮਤਭੇਦ ਚੱਲ ਜਾਂਦੇ ਨੇ ਮਤਭੇਦ ਲੋਕਤੰਤਰ 'ਚ ਵੀ ਹੁੰਦੇ ਨੇ ਦੋਸਤਾਂ 'ਚ ਵੀ ਹੁੰਦੇ ਨੇ ਘਰਾਂ 'ਚ ਵੀ ਹੁੰਦੇ ਨੇ ਹਰ ਥਾਂ ਤੇ ਹੁੰਦੇ ਨੇ ਮਨ ਭੇਦ ਨਹੀਂ ਚੱਲਦੇ ਜਦੋਂ ਮਨ ਭੇਦ ਪੈਦਾ ਹੋ ਜਾਂਦਾ ਉਹ ਮਾੜੀ ਗੱਲ ਹੁੰਦੀ ਹੈ ਮਤ ਭੇਦ ਲੋਕਤੰਤਰ ਦੀ ਖੂਬਸੂਰਤੀ ਵੀ ਹੁੰਦੇ ਨੇ ਤਾਂ ਇਹ ਮਨ ਭੇਦ ਪੈਦਾ ਹੋ ਗਏ ਸਿੱਧੂ ਤੇ ਕੈਪਟਨ ਚ ਮਨ ਭੇਦ ਹੈ ਇਸ ਕਰਕੇ ਉਹਨਾਂ ਦਾ ਚੱਲਣਾ ਬਹੁਤ ਔਖਾ ਇਹੀ ਕਾਂਗਰਸ ਦੇ ਲਈ ਸਭ ਤੋਂ ਵੱਡਾ ਚੈਲੰਜ ਆ ਜੇ ਹੁਣ ਵੀ ਤੁਸੀਂ ਦੇਖੋਗੇ ਕੈਪਟਨ ਦੇ ਜਿਹੜੇ ਫੈਨ ਪੇਜ ਨੇ ਉਹਨਾਂ ਤੇ ਵੀਡੀਓ ਦੇਖੋ ਉਹਨਾਂ ਫੈਨ ਪੇਜਾਂ ਤੋਂ ਲਗਾਤਾਰ ਇਹ ਪੁੱਛਿਆ ਜਾ ਰਿਹਾ ਕਿ ਸਿੱਧੂ ਨੂੰ ਕਿਸ ਬਿਨਾ ਦੇ ਉੱਤੇ ਤੁਸੀਂ ਪ੍ਰਧਾਨ ਬਣਾਇਆਗਾ ਫਿਰ ਤਾਂ ਗਾਂਧੀ ਪਰਿਵਾਰ ਨੂੰ ਵੀ ਸਾਈਡ ਲਾਈਨ ਕਰਕੇ ਕਿਸੇ ਨੂੰ ਹੋਰ ਪ੍ਰਧਾਨ ਬਣਾਉਣਾ ਬਣਾਉਣਾ ਚਾਹੀਦਾ ਇੱਥੋਂ ਤੱਕ ਕਿ ਆ ਜਾ ਰਿਹਾ ਜਿਹੜਾ ਉਹਨਾਂ ਦੇ ਫੈਨ ਪੇਜ ਨੇ ਯਾਨੀ ਉਹਨਾਂ ਦੇ ਫੈਨਸ ਵੱਲੋਂ ਇਸ ਕਰਕੇ ਇਹ ਜਿਹੜੀ ਗੱਲ ਹੈਗੀ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਪਰ ਇੱਕ ਗੱਲ ਜਿਹੜੀ ਆਪਾਂ ਦੇਖਿਆ ਅੱਜ ਵੀ 37 ਐਮਐਲਏ ਕੋਈ ਆਫੀਸ਼ੀਅਲ ਮੀਟਿੰਗ ਤਾਂ ਸਿੱਧੂ ਨੇ ਬੁਲਾਈ ਨਹੀਂ ਸੀ ਉਹਦੇ باوجود ਵੀ ਇੰਨੇ ਵੱਡੇ ਪੱਧਰ ਤੇ ਐਮਐਲਏ ਤੇ ਮੰਤਰੀਆਂ ਦਾ ਆ ਜਾਣਾ ਇਹ ਬਹੁਤ ਕੁਝ ਇਸ਼ਾਰੇ ਕਰ ਰਿਹਾਗਾ ਯਾਨੀ ਨੰਬਰਾਂ ਦੀ ਗੇਮ 'ਚ ਸਿੱਧੂ ਆ ਜਿਹੜੇ ਉਹ ਅੱਗੇ ਆ ਸਿੱਧੂ ਕੱਲ ਨੂੰ ਅਮਰਸਰ ਜਾ ਰਹੇ ਨੇ ਅਮਰਸਰ ਜਾਂਦਿਆਂ ਦਾ ਸਵਾਗਤ ਵੀ ਸਾਨੂੰ ਪਤਾ ਲੱਗਿਆ ਨਵਾਂ ਸ਼ਹਿਰ ਦੇ ਐਮਐਲਏ ਵਖਵਖ ਐਮਐਲਏ ਵਖਵਖ ਜ਼ਿਲ੍ਹਾ ਪ੍ਰਧਾਨ ਵਖਵਖ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਨੇ ਕਈ ਐਮਐਲਏ ਨੂੰ ਇਹ ਵੀ ਲੱਗਦਾ ਕਿ ਜੇ ਅਸੀਂ ਨਾ ਮਿਲੇ ਕਿਤੇ ਸਾਡੇ ਹਲਕੇ ਚ ਕੋਈ ਹੋਰ ਸਿੱਧੂ ਨੂੰ ਨਾ ਮਿਲਿਆ ਆਵੇ ਕਿਤੇ 2022 ਦੀ ਸਾਡੀ ਟਿਕਟ ਨਾ ਕੱਟੀ ਜਾਵੇ ਕਿਉਂਕਿ ਉਦੋਂ ਸਭ ਤੋਂ ਵੱਡਾ ਰੌਲਾ ਪੈਂਦਾ ਕਿ ਜੇ ਅੱਜ ਪ੍ਰਧਾਨ ਬਣਿਆ ਸਿੱਧੂ ਜੇ ਹਾਈ ਕਮਾਂਡ ਉਹਨਾਂ ਨੂੰ ਮਜ਼ਬੂਤ ਕਰਦੀ ਹੈ ਹਾਈ ਕਮਾਂਡ ਉਹਨਾਂ ਨੂੰ 올 ਇਨ 올 ਬਣਾ ਦਿੰਦੀ ਹੈ ਤਾਂ ਫਿਰ ਫੈਸਲੇ ਵੀ ਸਿੱਧੂ ਦੇ ਜ਼ਰੀਏ ਹੋਣਗੇ ਇਸ ਕਰਕੇ ਕਾਂਗਰਸੀ ਜਿਹੜੇ ਸਿੱਧੂ ਦੀ ਲਗਾਤਾਰ ਆਲੋਚਨਾ ਕਰ ਰਹੇ ਸੀ ਜਿਹੜੇ ਅੱਜ ਬੈਠੇ ਸੀ ਮੈਂ ਦੇਖ ਰਿਹਾ ਸੀ ਇਹਨਾਂ 'ਚ ਬਹੁਤ ਸਾਰਿਆਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ 올 ਇਨ 올 ਨੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਕੈਪਟਨ ਇੱਕੋ ਆ ਇਹ ਨਾਰੇ ਨਾਲ ਬਹੁਤ ਸਾਰੇ ਸਹਿਮਤ ਸੀ ਪਰ ਉਹਨਾਂ ਨੇ ਵੀ ਅੱਜ ਉੱਥੇ ਆ ਕੇ ਹਾਮੀ ਭਰੀ ਇਸ ਕਰਕੇ ਕਾਫੀ ਕੁਝ ਕਾਂਗਰਸ 'ਚ ਹੋ ਰਿਹਾ ਤੇ ਹਾਈ ਕਮਾਂਡ ਕੋਸ਼ਿਸ਼ ਕਰ ਰਹੀ ਹੈ ਇਨੂੰ ਸਮੇਟਿਆ ਜਾਵੇ ਇਹਨੂੰ ਸਮੇਟ ਕੇ ਕਾਂਗਰਸ ਅੱਗੇ ਵਧੇ ਹਾਲਾਂਕਿ ਸਿੱਧੂ ਦੇ ਨਾਲ ਬਹੁਤ ਸਾਰੇ ਮੰਤਰੀ ਵੀ ਸੀ ਵਿਧਾਇਕ ਵੀ ਸੀ ਪਰ ਸਾਫ਼ ਤੌਰ ਤੇ ਕੌਣ ਕੌਣ ਜਿਹੜਾ ਸਿੱਧੂ ਦੇ ਨਾਲ ਹੈ ਤੇ ਕੌਣ ਕੌਣ ਜਿਹੜਾ ਕੈਪਟਨ ਦੇ ਨਾਲ ਹੈ ਦੇਖੋ ਕੈਪਟਨ ਦੇ ਨਾਲ 10 ਦੇ ਤੱਕ ਅੱਲ ਆਪਾਂ ਨੂੰ ਲੈਟਰ ਦੇਖਿਆ ਸੀਗਾ ਉਹਨਾਂ ਚੋਂ ਇੱਕ ਵਾਰ ਚੋਂ ਮੁਕਰ ਗਏ ਕਿ ਮੈਂ ਤਾਂ ਨਹੀਂ ਭੇਜਿਆ ਸੁਖਪਾਲ ਸਿੰਘ ਖਹਿਰਾ ਜਿਹੜੇ ਹਮੇਸ਼ਾ ਆਮ ਆਦਮੀ ਪਾਰਟੀ ਚਰਚਾ ਜੇ ਰਹਿੰਦੇ ਸੀ ਕਾਂਗਰਸ 'ਚ ਵੀ ਆਨਸਾਰ ਚਰਚਾ ਦਾ ਵਿਸ਼ਾ ਬਣ ਗਿਆ ਸੁਖਪਾਲ ਸਿੰਘ ਖਹਿਰਾ ਕੈਪਟਨ ਦੇ ਪੱਖ 'ਚ ਭੁਗਤੇ ਅੱਜ ਵੀ ਉਹਨਾਂ ਨੇ ਸਲਾਹ ਦਿੱਤੀ ਕਿ ਸਿੱਧੂ ਮਤਪੇਦ ਭੁਲਾ ਕੇ ਕੈਪਟਨ ਨਾਲ ਚੱਲਣ ਅੱਜ ਉਹਨਾਂ ਨੇ ਇਹ ਕਿਹਾ ਕੱਲ ਉਹਨਾਂ ਨੇ ਕੁਝ ਹੋਰ ਕਿਹਾ ਸੀਗਾ ਤਾਂ 10 ਐਮਐਲਏ ਤਾਂ ਉਹ ਸੀਗੇ ਇਹ ਨਹੀਂ ਕਿ ਕੈਪਟਨ ਨਾਲ ਕੋਈ ਧੜਾ ਨਹੀਂ ਹੈ ਜਿਵੇਂ ਕਾਪਾ ਦੇਖੀ ਰਾਣਾ ਕੇਪੀ ਕੈਪਟਨ ਦੇ ਨਾਲ ਨੇ ਰਾਣਾ ਸੋਡੀ ਕੈਪਟਨ ਦੇ ਨਾਲ ਨੇ ਹੋਰ ਵੀ ਪ੍ਰਤਾਪ ਬਾਜਵਾ ਵੀ ਹੁਣ ਕੈਪਟਨ ਦੇ ਖਾਤੀ ਪਾਇਆ ਜਾਂਦਾ ਹੈ ਮਨੀਸ਼ ਤਿਵਾੜੀ ਬਹੁਤ ਸਾਰੇ ਐਮਪੀ ਕੈਪਟਨ ਦੇ ਨਾਲ ਨੇ ਪਰ ਅਲਟੀਮੇਟਲੀ ਗੇਮ ਨੰਬਰਸ ਦੀ ਹੈ ਨੰਬਰ ਕਿਹੜੇ ਖਾਸ ਤੌਰ ਤੇ ਜਿਹੜੇ ਵਿਧਾਨ ਸਭਾ ਚ ਮੈਟਰ ਕਰਦੇ ਆ ਜੇ 37 ਐਮਐਲਏ ਬਿਨਾ ਬੁਲਾਏ ਆਏ ਨੇ ਇਹਦਾ ਮਤਲਬ ਹੋਰ ਵੀ ਸਿੱਧੂ ਵੱਲ ਤੁਲ ਜਾਣਗੇ ਯਾਨੀ 50% ਤੋਂ ਜ਼ਿਆਦਾ ਤਾਂ ਅੱਜ ਹੀ ਸਿੱਧੂ ਦੇ ਨਾਲ ਦਿਖ ਰਹੇ ਸੀ ਜਿਨ੍ਹਾਂ ਕੋਲ ਸਿੱਧੂ ਜਾ ਕੇ ਆਏ ਆ ਜਿਹੜੇ ਸਿੱਧੂ ਕੋਲ ਸਿੱਧੂ ਦੇ ਕੋਲ ਆਏ ਤੇ ਇਸ ਕਰਕੇ ਉਹ ਸਾਰੀ ਹੈ ਔਰ ਬਹੁਤ ਸਾਰਿਆਂ ਦੀ ਕੈਪਟਨ ਖੇਮਾ ਵੀ ਲੋਚਨਾ ਕਰ ਰਿਹਾ ਕਿ ਇਹ ਤਾਂ ਕੈਪਟਨ ਦੇ ਖਾਸ ਸੀ ਇਹ ਤਾਂ ਕੈਪਟਨ ਨੇ ਬਣਾਏ ਸੀ ਇਹ ਤਾਂ ਕੈਪਟਨ ਨੇ ਅੱਗੇ ਲਾਏ ਸੀ ਪਰ ਬਹੁਤ ਸਾਰੇ ਇਸ਼ਾਰਿਆਂ ਚ ਅੱਜ ਸੁਖਵਿੰਦਰ ਸਰਕਾਰੀਆ ਦੇਖ ਲਓ ਤ੍ਰਿਪਤ ਬਾਜਵਾ ਦੇਖ ਲਓ ਬੜੀਆ ਕਲੀਅਰ ਗੱਲਾਂ ਕਹਿ ਗਏ ਕਿ ਸਾਡੇ ਤੋਂ ਸਾਨੂੰ ਦੂਰ ਕੀਤਾ ਗਿਆ ਔਰ ਅਸੀਂ ਮੁੱਦਿਆਂ ਦੀ ਗੱਲ ਕਹਿੰਦੇ ਰਹੇ ਇਥੋਂ ਤੱਕ ਕੈਪਟਨ ਨੂੰ ਮੀਟਿੰਗ 'ਚ ਕਹਿ ਕੇ ਆਏ ਨੇ ਕਿ ਕੈਪਟਨ ਸਾਹਿਬ ਸਿੱਧੂ ਨੂੰ ਪ੍ਰਧਾਨ ਤੁਸੀਂ ਬਣਾਇਆ ਜੇ ਤੁਸੀਂ ਮਸਲੇ ਹੱਲ ਕਰ ਦਿੰਦੇ ਜੇ ਤੁਸੀਂ ਮੁੱਦੇ ਹੱਲ ਕਰ ਦਿੰਦੇ ਤਾਂ ਸਿੱਧੂ ਕੋਲੇ ਇਸ਼ੂ ਨਾ ਹੁੰਦੇ ਇਸ਼ੂ ਨਾ ਹੁੰਦੇ ਤਾਂ ਸਿੱਧੂ ਪ੍ਰਧਾਨ ਨਾ ਬਣਦੇ ਤਾਂ ਸਿੱਧੂ ਤਾਂ ਉਸ ਇਸ਼ੂ ਕਰਕੇ ਪ੍ਰਧਾਨ ਬਣੇ ਨੇ ਜਿਹੜੇ ਤੁਸੀਂ ਇਸ਼ੂ ਐਡਰੈਸ ਨਹੀਂ ਕੀਤੇ ਇਸ ਤਰ੍ਹਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਸਾਹਮਣੇ ਬਹਿ ਕੇ ਕਹੀ ਗਈ ਆ ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਇੱਕ ਤੋਂ 18 ਨੁਕਾਤੀ ਪ੍ਰੋਗਰਾਮ ਹਾਈ ਕਮਾਂਡ ਨੇ ਦਿੱਤਾ ਕੈਪਟਨ ਉਹਦੇ 'ਚ ਕੀ ਕਰਦੇ ਨੇ ਸਿੱਧੂ ਅੱਗੇ ਕਿਸ ਤਰੀਕੇ ਦੇ ਨਾਲ ਕਾਂਗਰਸ ਨੂੰ ਚਲਾਉਂਦੇ ਨੇ ਸਿੱਧੂ ਕਿਨੇ ਠਰਮੇ ਨਾਲ ਚੱਲਦੇ ਨੇ ਕਿੰਨੇ ਪੇਸ਼ੈਂਸ ਨਾਲ ਚੱਲਦੇ ਨੇ ਕਿੰਨਾ ਰਲ ਮਿਲ ਕੇ ਚੱਲਦੇ ਨੇ ਕਿੰਨਾ ਸਾਰਿਆਂ ਨੂੰ ਸਹਿਮਤੀ ਨਾਲ ਲੈ ਕੇ ਚੱਲਦੇ ਨੇ ਇਹ ਦੇਖਣਾ ਇੰਟਰਸਟਿੰਗ ਹੋਏਗਾ ਪਰ ਅਜੇ ਅੱਜ ਦੀ ਆਪਾਂ ਹੁਣ ਤੱਕ ਸਿੱਧੂ ਦਾ ਵਿਸ਼ਲੇਸ਼ਣ ਕਰਨਾ ਹੋਵੇ ਕੱਲ 2 ਦਿਨਾਂ ਦੀ ਕਾਰਗੁਜ਼ਾਰੀ ਦੇ ਅੰਦਰ ਤਾਂ ਸਿੱਧੂ ਨੇ ਇੱਕ ਆਪਣੀ ਇਮੇਜ ਨੂੰ ਤੋੜ ਕੇ ਉਹ ਬਾਕੀ ਸਾਰੇ ਲੋਕਾਂ ਕੋਲ ਗਏ ਨੇ ਜਿਹੜੇ ਉਹਨਾਂ ਦੇ ਵਿਰੋਧੀ ਭੁਕਤੇ ਸੀਗੇ ਜਿਹੜੇ ਉਹਨਾਂ ਦੇ ਖਿਲਾਫ ਵੀ ਸਟੇਟਮੈਂਟਾਂ ਦਿੱਤੇ ਜਿਵੇਂ ਕੈਬਨਿਟ ਮੰਤਰੀ ਨੇ ਕੁਝ ਜਿਹੜੇ ਸਿੱਧੂ ਖਿਲਾਫ ਬੋਲੇ ਸੀ ਸਿੱਧੂ ਉਹਨਾਂ ਕੋਲ ਵੀ ਗਏ ਨੇ ਤਾਂ ਹੁਣ ਦੇਖਦੇ ਆਂ ਅਗਲੀਆਂ ਸਟੇਟਮੈਂਟਾਂ ਕੀ ਆਉਂਦੀਆਂ ਨੇ ਅਗਲੀ ਰਣਨੀਤੀ ਕੀ ਬਣਦੀ ਹੈ ਪ੍ਰਧਾਨਤਾ ਬਣ ਗਈ ਹੁਣ ਚੁਣੌਤੀਆਂ ਕਿਹੜੀਆਂ-ਕਿਹੜੀਆਂ ਆਉਣਗੀਆਂ ਉਹਨਾਂ ਨੂੰ ਦੇਖੋ ਮੇਰਾ ਇਹ ਮੰਨਣਾ ਕਿ ਸਿੱਧੂ ਦੇ ਸਿਰ ਕੰਡਿਆਂ ਦਾ ਤਾਜ ਆ ਇਹ ਕੋਈ ਦੂਰ ਹੈ ਨਹੀਂ ਕਿ ਸਿੱਧੂ ਦੇ ਆਉਣ ਨਾਲ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਚਾਰਜ ਹੋਏ ਨੇ ਕਾਂਗਰਸ ਦੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਨਰਜੀ ਦੇਖਣ ਨੂੰ ਮਿਲਿਆ ਅੱਜ ਵੀ ਦੇਖਣ ਨੂੰ ਮਿਲਿਆ ਕੱਲ ਵੀ ਦੇਖਣ ਨੂੰ ਮਿਲਿਆ ਜਦੋਂ ਐਲਾਨ ਹੋਇਆ ਉਹਨਾਂ ਦਾ ਕਾਂਗਰਸ ਦੇ ਜਿਹੜੇ ਖਾਸ ਤੌਰ ਤੇ ਯੰਗ ਨੇ ਜਿਹੜੇ ਯੰਗ ਖਾਸ ਤੌਰ ਤੇ ਯੂਥ ਆ ਆਪ ਵੱਲ ਪ੍ਰਭਾਵਤ ਹੁੰਦਾ ਜਾਂ ਕਿਸੇ ਹੋਰ ਪਾਸੇ ਹਲਕਿਆਂ ਦੇ ਅਜ ਮંત્રી ਐਮ ਐਲ ਏ ਕਹਿ ਰਹੇ ਸੀ ਬਹੁਤ ਸਾਰੇ ਮੰਤਰੀ ਐਮ ਐਲ ਏ ਨੂੰ ਅੱਜ ਮਿਲਿਆ ਉਹਨਾਂ ਨੇ ਕਿਹਾ ਸਾਡੇ ਹਲਕਿਆਂ ਦੇ ਜਿਹੜਾ ਨੌਜਵਾਨ ਨੇ ਸੋਚਦਾ ਸੀ ਇੱਧਰ ਨੂੰ ਜਾਈਏ ਇੱਧਰ ਨੂੰ ਸਾਨੂੰ ਉਹ ਕਰ ਸਿੱਧੂ ਦੇ ਆਉਣ ਦੇ ਨਾਲ ਉਹ ਚਾਰਜ ਹੋ ਗਿਆ ਸਿੱਧੂ ਦੇ ਆਉਣ ਨਾਲ ਉਹ ਅੱਜ ਸਿੱਧੂ ਦੇ ਪੋਸਟਰ ਲਾ ਲਾ ਕੇ ਪੋਸਟਾਂ ਪਾ ਰਿਹਾ ਇਹ ਬਹੁਤ ਸਾਰੇ ਮੰਤਰੀ ਤੇ ਬਹੁਤ ਸਾਰੇ ਐਮ ਐਲ ਏ ਕਹਿ ਰਹੇ ਸੀ ਤੇ ਇਹਦੇ ਚ ਤਾਂ ਕੋਈ ਦੂਰ ਐ ਨਹੀਂ ਪਰ ਦੂਜੇ ਪਾਸੇ ਸਿੱਧੂ ਦੇ ਲਈ ਪ੍ਰਧਾਨਗੀ ਕੰਡਿਆਂ ਦਾ ਤਾਜ ਆ ਪੰਜਾਬ ਦੀ ਸਿਆਸਤ ਨੂੰ ਸ਼ੇਰ ਦੀ ਸਵਾਰੀ ਕਿਹਾ ਜਾਂਦਾ ਹੈ ਕਿਉਂਕਿ ਬੜੀ ਹੀ ਡਾਇਨਾਮਿਕਸ ਹੈ ਇੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਨੇ ਤੇ ਸਿੱਧੂ ਦੇ ਲਈ ਪ੍ਰਧਾਨਗੀ ਚੈਲੰਜ ਵੀ ਬਹੁਤ ਸਾਰੇ ਹੋਣਗੇ ਕਿਉਂਕਿ ਜਦੋਂ ਉਹਨਾਂ ਨੇ ਚੱਲਣਾ ਬਹੁਤ ਸਾਰੇ ਲਗਾਤਾਰ ਉਹਨਾਂ ਦੇ ਰਾਹ ਚ ਰੂੜੇ ਵੀ ਜਿਹੜੇ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਨੇ ਅੜਕਾਉਣਗੇ ਇਹ ਹੁੰਦਾ ਹੀ ਹੈ ਸਿਆਸਤ 'ਚ ਸਿੱਧੂ ਬਾਕੀਆਂ ਨੂੰ ਲੜਾਉਂਦੇ ਨੇ ਤੇ ਬਾਕੀ ਸਿੱਧੂ ਲਈ ਲੜਾਉਣਗੇ ਤਾਂ ਬਿਲਕੁਲ ਸਮਾਂ ਵੀ ਘਟਾ ਪਰ ਸਭ ਤੋਂ ਵੱਡਾ ਚੈਲੰਜ ਸਿੱਧੂ ਲਈ ਇਹੀ ਹੈ ਕਿ ਸਿੱਧੂ ਸਾਰੀ ਕਾਂਗਰਸ ਜਿਹੜਾ ਉਹਨਾਂ ਤੇ ਇਲਜ਼ਾਮ ਲਾਏਗੇ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੋ ਦਿਨਾਂ ਅਜੇ ਦੇਖੋ ਇਮੇਜ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਿੱਧੂ ਨੇ ਉਹ ਬਿਲਕੁਲ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਧੜਿਆਂ ਦੀ ਰਾਜਨੀਤੀ ਕਰਨਗੇ ਕੋਈ ਧੜਾ ਬਣਾਉਣਗੇ ਸਿੱਧੂ ਜਿਹੜੀ ਸਟੇਟਮੈਂਟ ਦਿੰਦੀ ਸੀ ਕਿ ਮੇਰਾ ਧੜਾ ਤਾਂ ਸਾਰੇ ਐਮਐਲਏ ਨੇ ਮੇਰਾ ਧੜਾ ਤਾਂ ਪੂਰੀ ਕਾਂਗਰਸ ਆ ਕੱਲ ਦੇ ਉਹ ਕੋਸ਼ਿਸ਼ ਇਹ ਕਰ ਰਹੇ ਨੇ ਜਚਾਉਣ ਦੀ ਪੂਰੇ ਪੰਜਾਬ ਨੂੰ ਵੀ ਹਾਈ ਕਮਾਂਡ ਨੂੰ ਵੀ ਪਾਰਟੀ ਨੂੰ ਵੀ ਜੇ ਮੈਂ ਕਹਿ ਰਿਹਾ ਕਿ ਉਹਨਾਂ ਲੋਕਾਂ ਕੋਲ ਵੀ ਜਾ ਰਹੇ ਨੇ ਜਿਹੜੇ ਉਹਨਾਂ ਦੇ ਖਿਲਾਫ ਭੁਗਤੇ ਸੀਗੇ ਤਾਂ ਇਸ ਕਰਕੇ ਸਿੱਧੂ ਹੁਣ ਪ੍ਰਧਾਨ ਬਣਨ ਤੋਂ ਬਾਅਦ ਉਹ ਕੰਡਿਆਂ ਦਾ ਜਿਹੜਾ ਤਾਜ ਹੈ ਜਿਹੜੀ ਉਹ ਸ਼ੇਰ ਦੀ ਸਵਾਰੀ ਉਹ ਕਿਵੇਂ ਕਰਦੇ ਨੇ ਇਹ ਸਭ ਤੋਂ ਵੱਡਾ ਚੈਲੰਜ ਆ ਕਿ ਕਿਸ ਤਰੀਕੇ ਦੇ ਨਾਲ ਸਿੱਧੂ 2022 ਤੱਕ ਇਸ ਪੂਰੀ ਕਹਾਣੀ ਨੂੰ ਲੈ ਕੇ ਜਾਂਦੇ ਨੇ 2022 ਤੱਕ ਕੀ ਗੇਮ ਬਣਦੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਦੇਖਣ ਨੂੰ ਮਿਲਣਗੀਆਂ ਕਿ ਸਿੱਧੂ ਕਿੱਧਰ ਨੂੰ ਜਾਣਗੇ ਔਰ ਕਿਵੇਂ ਜਾਣਗੇ ਉਹਨਾਂ ਦਾ ਰਾਹ ਕੀ ਹੋਏਗਾ ਔਰ ਜਦੋਂ ਉਹਨਾਂ ਨੇ ਕੈਂਪੇਨ ਸ਼ੁਰੂ ਕਰਨੇ ਆ ਕਿਉਂਕਿ ਆਫੀਸ਼ੀਅਲੀ ਇਹ ਵੀ ਮੰਨਿਆ ਜਾ ਰਿਹਾ ਕਿ ਕੋਈ ਤਾਂ ਪ੍ਰੋਗਰਾਮ ਹੋਏਗਾ ਨਾ ਜੇ ਤਾਂ ਸਿੱਧੂ ਦੇ ਸਿਰ ਸੇਰਾ ਸਜੇਗਾ ਪ੍ਰਧਾਨਗੀ ਦਾ ਆਫੀਸ਼ਲ ਤੇ ਨਾਲ ਕੈਪਟਨ ਬੈਠੇ ਹੋਣਗੇ ਨਾਲ ਪੁਰਾਣੇ ਪ੍ਰਧਾਨ ਜਾਖੜ ਬੈਠੇ ਹੋਣਗੇ ਇਹ ਤਾਂ ਹੁੰਦਾ ਹੀ ਹੈ ਕਾਂਗਰਸ 'ਚ ਰਸਮ ਹੁੰਦੀ ਹੈ ਪ੍ਰਧਾਨਗੀ ਦੀ ਹਾਲਾਂਕਿ ਉਹਦੇ 'ਚ ਪ੍ਰਧਾਨ ਇੱਕ ਪ੍ਰਧਾਨ ਹੁੰਦਾ ਉਹਦੋਂ ਜਿਹੜਾ ਜਾ ਰਿਹਾ ਹੁੰਦਾ ਦੂਜਾ ਪ੍ਰਧਾਨ ਵੀ ਹੁੰਦਾ ਜਾਖੜ ਤਾਂ ਹੋਣਗੇ ਜਾਖੜ ਤਾਂ ਉਹਨਾਂ ਦੇ ਨਾਲ ਨੇ ਪਰ ਕੀ ਕੈਪਟਨ ਅਮਰਿੰਦਰ ਸਿੰਘ ਉਸ ਫੰਕਸ਼ਨ 'ਚ ਹੋਣਗੇ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਤਾਂ ਐਜ਼ ਅ ਪ੍ਰਧਾਨ ਸਿੱਧੂ ਕਿਸ ਤਰੀਕੇ ਨਾਲ ਚੱਲਣਗੇ ਇਹ ਜਿਹੜਾ ਮੈਂ ਕਹਿੰਦਾ ਕੰਡਿਆਂ ਦਾ ਤਾਜ ਤੇ ਸ਼ੇਰ ਦੀ ਸਵਾਰੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁਣ ਤਾਂ ਐ ਨਹੀਂ ਹੋਏਗਾ ਕਿ ਸਿੱਧੂ ਕਾਂਗਰਸ ਦੇ ਪ੍ਰਧਾਨ ਨੇ ਉਹ ਕਾਂਗਰਸ ਦੇ ਹੀ ਮੁੱਖ ਮੰਤਰੀ ਦੀ ਲੋਚਨਾ ਕਰਨਗੇ ਇਹ ਤਾਂ ਔਖਾ ਹੋਏਗਾ ਹੁਣ ਤਾਂ ਆਪਣਾ ਇੱਕ ਏਜੰਡਾ ਦੇਣਾ ਪਏਗਾ ਸਿੱਧੂ ਨੂੰ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ 18 ਨੁਕਾਤੀ ਪ੍ਰੋਗਰਾਮ ਆ ਜਿਹਦਾ ਜ਼ਿਕਰ ਅੱਜ ਸਿੱਧੂ ਨੇ ਵੀ ਕੀਤਾ ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਕਾਂਗਰਸ ਦੀ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ ਹੁਣ ਇਹਨਾਂ ਦੇ ਵਿਚਾਲੇ ਸੀਐਮ ਕੈਪਟਨ ਜਿਹੜੇ ਨੇ ਉਹ ਕਿਹੜਾ ਦਾ ਚੱਲਦਾ ਦਾ ਚੱਲ ਸਕਦਾ ਦੇਖੋ ਸੀਐਮ ਕੈਪਟਨ ਬੈਠਣ ਵਾਲੇ ਤਾਂ ਨਹੀਂ ਆ ਜੱਜ ਉਹਨਾਂ ਦੇ ਫੈਨ ਪੇजेस ਤੋਂ ਕੁਝ ਹੋ ਰਿਹਾ ਹੈਗਾ ਇਹਦਾ ਮਤਲਬ ਐਕਟਿਵ ਨਹੀਂ ਉਹ ਇਹਦਾ ਮਤਲਬ ਉਹਨਾਂ ਦੇ ਸਮਰਥਕ ਐਕਟਿਵ ਨਹੀਂ ਇਹਦਾ ਮਤਲਬ ਉਹਨਾਂ ਦੀ ਸੋਸ਼ਲ ਮੀਡੀਆ ਟੀਮ ਐਕਟਿਵ ਆ ਇਹ ਸਭ ਤੋਂ ਵੱਡਾ ਸਵਾਲ ਆ ਦੇਖੋ ਸੀਐਮ ਨੂੰ ਤੇ ਵੀਟੋ ਕੀਤਾ ਗਿਆ ਇੱਕ ਤਰ੍ਹਾਂ ਸੀਐਮ ਨੇ ਜੋ ਕਿਹਾ ਬਿਆਨ ਵੀ ਆਇਆ ਆਫੀਸ਼ੀਅਲ ਵੀ ਆਇਆ ਕਿ ਪੁਰਾਣੇ ਬੰਦੇ ਨਾਰਾਜ਼ ਹੋ ਜਾਣਗੇ ਸਿੱਧੂ ਨਵਾਂ ਆਗਾ ਇਹਨੂੰ ਕਿਉਂ ਬਣਾਇਆ ਜਾ ਰਿਹਾ ਉਹਦੇ ਬਾਵਜੂਦ ਹਾਈ ਕਮਾਂਡ ਨੇ ਵੀਟੋ ਕਰਤਾ ਕੱਲ ਹੀ ਜਦੋਂ ਐਮਐਲਏਜ਼ ਨੂੰ ਫੋਨ ਕੀਤੇ ਜਾ ਰਹੇ ਸੀ ਸਾਨੂੰ ਇਹ ਪਤਾ ਲੱਗਿਆ ਕੱਲ ਜਦੋਂ ਸੀਐਮ ਗਰੁੱਪ ਦੇ ਵੱਲੋਂ ਐਮਐਲਏਜ਼ ਨੂੰ ਕਿਹਾ ਗਿਆ ਕਿ ਜਿਹੜੀ ਜਾਖੜ ਨੇ ਮੀਟਿੰਗ ਬੁਲਾਈ ਹੈ ਉਹ ਚ ਨਾ ਜਾਓ ਜਦੋਂ ਇਹ ਕਿਹਾ ਗਿਆ ਉਸ ਤੋਂ ਬਾਅਦ ਹਾਈ ਕਮਾਂਡ ਨੂੰ ਪਤਾ ਲੱਗਿਆ ਕਿ ਐਮਐਲਏਜ਼ ਨੂੰ ਮੀਟਿੰਗ 'ਚ ਜਾਣ ਤੋਂ ਰੋਕਿਆ ਜਾ ਰਿਹਾ ਕਹਿੰਦੇ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਕੱਲ ਨਹੀਂ ਹੋਣਾ ਸੀ ਇਸ ਕਰਕੇ ਹੋਇਆ ਕਿਉਂਕਿ ਕੈਪਟਨ ਧੜਾ ਐਮਐਲਏਜ਼ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਇਸ ਮੀਟਿੰਗ 'ਚ ਨਾ ਜਾਓ ਜਿਹੜੀ ਸਿੱਧੂ ਦੇ ਪੱਖ 'ਚ ਜਾਖੜ ਨੇ ਬੁਲਾਈ ਹੈਗੀ ਤਾਂ ਕੈਪਟਨ ਮਰਿੰਦਰ ਸਿੰਘ ਚੁੱਪ ਬੈਠਣ ਵਾਲੇ ਤਾਂ ਨਹੀਂ ਆ ਕੈਪਟਨ ਮਰਿੰਦਰ ਸਿੰਘ ਆਪਣੀ ਰਾਜਨੀਤੀ ਤੇ ਆਪਣੀ ਰਣਨੀਤੀ ਤਿਆਰ ਕਰ ਰਹੇ ਹੋਣਗੇ ਪਰ ਜਿਵੇਂ ਮੈਂ ਕਹਿਣਾ ਕਿ ਮੋਟੀ ਗੇਮ ਨੰਬਰ ਦੀ ਹੁੰਦੀ ਹੈ ਮਾਹੌਲ ਕਿਦੇ ਪੱਖ ਚੱਲ ਲੋਕ ਕੀ ਦੇ ਨਾਲ ਨੇ ਜਿਵੇਂ ਚੰਨੀ ਨੇ ਕਿਹਾ 2017 ਚ ਕੈਪਟਨ ਦੀ ਨੇਰੀ ਸੀ 2022 ਚ ਸਿੱਧੂ ਦੀ ਨੇਰੀ ਚੱਲੇਗੀ ਇਸ ਕਰਕੇ ਨੰਬਰ ਤੇ ਲੋਕਾਂ ਦਾ ਮਜਾਜ ਕੀ ਹੈ ਜਿਵੇਂ ਅੱਜ ਕੋਈ ਕਹਿ ਰਿਹਾ ਸੀ ਕਿਤੇ ਬੈਠੇ ਸੀਗੇ ਮੰਤਰੀ ਸੀ ਉੱਥੇ ਉੱਥੇ ਕਿਸੇ ਨੇ ਕਿਹਾ ਕਿ 2022 ਦੇ ਲਈ ਸਿੱਧੂ ਚਾਹੀਦਾ ਹੈ ਕਹਿਣ ਦੀ ਲੋੜ ਨਹੀਂ ਕਾਂਗਰਸ ਹਾਈਕਮਾਨ ਲੋਕਾਂ ਚ ਪਤਾ ਕਰੇ ਕਿ ਸਿੱਧੂ ਦੀ ਲੋਕਾਂ ਚ ਡਿਮਾਂਡ ਹੈ ਜਾਂ ਨਹੀਂ ਹੈ ਹਵਾ ਸਿੱਧੂ ਦੇ ਨਾਲ ਹੈ ਜਾਂ ਨਹੀਂ ਹੈ ਜਾਂ ਕਾਂਗਰਸ ਨੂੰ ਸਿੱਧੂ ਚਾਹੀਦਾ ਜਾਂ ਨਹੀਂ ਚਾਹੀਦਾ ਇਹ ਹਾਈਕਮਾਨ ਤੈਅ ਕਰੇ ਹਾਈਕਮਾਨ ਨੂੰ ਕਾਂਗਰਸੀਆਂ ਤੋਂ ਪੁੱਛਣ ਦੀ ਲੋੜ ਨਹੀਂ ਆ ਰਾਹੁਲ ਗਾਂਧੀ ਨੂੰ ਕਾਂਗਰਸ ਕਾਂਗਰਸੀਆਂ ਤੋਂ ਪੁੱਛਣ ਦੀ ਲੋੜ ਨਹੀਂ ਆ ਸਿੱਧੂ ਖੇਮੇ ਦੇ ਮੰਤਰੀ ਤੇ ਐਮ ਐਲ ਏ ਇਸ ਤਰੀਕੇ ਨਾਲ ਕਹਿ ਰਹੇ ਨੇ ਤਾਂ ਹੁਣ ਅਗਲੀ ਉਹੀ ਆਗੇ ਕਿ ਕੈਪਟਨ ਮਨਿੰਦਰ ਸਿੰਘ ਪਹਿਲਾਂ ਵੀ ਚੁੱਪ ਨਹੀਂ ਬੈਠੇ ਜਦੋਂ ਕਿ ਅੱਜ ਸੁਖਵਿੰਦਰ ਸਰਕਾਰੀਆ ਕਹਿ ਰਹੇ ਸੀਗੇ ਕਿ ਸਹੀ ਸਲਾਹਾਂ ਨਹੀਂ ਦਿੱਤੀਆਂ ਗਈਆਂ ਸਲਾਹਕਾਰਾਂ ਵੱਲੋਂ ਉਹਨਾਂ ਨੇ ਕਿਹਾਗਾ ਬਹੁਤ ਸਾਰਿਆਂ ਨੇ ਜਾ ਕੇ ਕਿ ਕੈਪਟਨ ਮਨਿੰਦਰ ਸਿੰਘ ਐ ਰिएक्ट ਨਾ ਕਰਨ ਇੱਕ ਰਿਸਪੈਕਟਡ ਤਰੀਕੇ ਦੇ ਨਾਲ ਵੱਡੇ ਹੋ ਕੇ ਸਿੱਧੂ ਨੂੰ ਚਲਾਉਣ ਪਰ ਰਾਜਨੀਤੀ ਚ ਨਹੀਂ ਹੁੰਦਾ ਕੈਪਟਨ ਮਨਿੰਦਰ ਸਿੰਘ ਨੂੰ ਲੱਗਦਾ ਕਿ ਮੇਰੀ ਸੱਤਾ ਨੂੰ ਚੈਲੰਜ ਕੀਤਾ ਗਿਆ ਮੇਰੀ ਕੁਰਸੀ ਨੂੰ ਚੈਲੰਜ ਕੀਤਾ ਗਿਆ ਮੇਰੀ ਉਸ ਪੂਰੇ ਜਿਹੜਾ ਉਹਨਾਂ ਦੇ ਉੱਪਰ ਕਿਰੇ ਆ ਗਈ ਉਹਨੂੰ ਚੈਲੰਜ ਕੀਤਾ ਗਿਆ ਖੁਦ ਉਹਨਾਂ ਨੂੰ ਚੈਲੰਜ ਕੀਤਾ ਗਿਆ ਤਾਂ ਇਸ ਕਰਕੇ ਉਹਨਾਂ ਦੇ ਮਨ 'ਚ ਬਹੁਤ ਕੁਝ ਹੋਏਗਾ ਜਿਦੇ ਪੱਤੇ ਸ਼ਾਇਦ ਉਹ ਆਉਣ ਵਾਲੇ ਦਿਨਾਂ 'ਚ ਸੁੱਟਣਗੇ ਅਜੇ ਤਾਂ ਪ੍ਰਧਾਨਗੀ ਡਿਸਾਈਡ ਹੋਇਆ ਬਹੁਤ ਸਾਰਾ ਕੁਝ ਕਾਂਗਰਸ ਕਹਿੰਦੇ ਆ ਹੋਰ ਵੀ ਹੋਣਾ ਉਹ ਹੋਰ ਕਿਸ ਤਰੀਕੇ ਨਾਲ ਹੋਏਗਾ ਕਿਵੇਂ ਹੋਏਗਾ ਕੌਣ ਕਾਂਗਰਸ ਕਿਸੇ ਨੂੰ ਥੱਲੇ ਲਾ ਦੇਗਾ ਕੌਣ ਅੱਗੇ ਵੱਧ ਜਾਏਗਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਪਰ ਜੇ ਕਾਂਗਰਸ ਇਸੇ ਤਰ੍ਹਾਂ ਖਾਨਾ ਜੰਗੀ 'ਚ ਰਹੀ ਤਾਂ ਕਾਂਗਰਸ ਦਾ ਹੋਰ ਨੁਕਸਾਨ ਹੋਏਗਾ ਜੇ ਖਾਨਾ ਜੰਗੀ ਖਤਮ ਹੋ ਗਈ ਤਾਂ ਕਾਂਗਰਸ ਵਧੀਆ ਤਰੀਕੇ ਨਾਲ ਅੱਗੇ ਵੱਧ ਸਕਦੀ ਹੈ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਜੋ ਚਰਚਾਵਾਂ ਸਨ ਉਸਤੇ ਫੁੱਲ ਸਟਾਪ ਲੱਗ ਚੁੱਕਿਆ ਪਰ ਨਵਜੋਤ ਸਿੰਘ ਸਿੱਧੂ ਦੇ ਲਈ ਵੀ ਇਹ ਰਾਹ ਫੁੱਲਾਂ ਦੀ ਸੇਜ਼ ਨਹੀਂ ਹੋਏਗੀ ਸਗੋਂ ਕੰਡਿਆਂ ਤੇ ਉਹਨਾਂ ਨੂੰ ਚੱਲਣਾ ਪਵੇਗਾ ਤੇ ਉਧਰ ਹੀ ਦੂਜੇ ਪਾਸੇ ਸੀਐਮ ਕੈਪਟਨ ਕਿਹੜਾ ਦਾ ਚੱਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ